ਜੇ ਸਾਨੂੰ ਕੋਈ ਪੁੱਛੇ ਕਹਿੰਦੇ ਜੀ ਸਾਡੇ ਗੁਰੂ ਅਸੀਂ ਕੰਮ ਸਾਡੇ ਕਰੇ ਅਸੀਂ ਅਸੀਂ ਜਵਾਬ ਦਿਆਂਗੇ ਵੀ ਸਾਡੇ ਗੁਰੂ ਨੇ ਇਸ ਕਰਕੇ ਅਸੀਂ ਮੱਥਾ ਟੇਕਦੇ। ਪਰ ਗੁਰੂ ਸਾਹਿਬ ਕਹਿੰਦੇ ਨੇ ਕੋਈ ਬੰਦਾ ਚੋਰੀ ਕਰਦਾ ਫੜਿਆ ਜਾਏ ਟੇਕਦਾ ਨਾ ਮੱਥੇ ਮਾਫ ਕਰ ਦਿਓ, ਦੋ ਵਾਰੀ ਨਾ ਕਰਕਟ ਦੂ। ਕਈ ਵਾਰ ਤਾਂ ਕਹਿੰਦੇ ਕੱਢ ਸੱਤ ਲਕੀਰਾਂ, ਅਗਲਾ ਫਿਰ ਲਕੀਰਾਂ ਕੱਢਦਾ, ਪਤਾ ਵੀ ਮੇਰਾ ਖੇੜਾ ਛੁੱਟ ਗਿਆ। ਆਪਾਂ ਬਾਣੀ ਪੜਾਂਗੇ, ਸਤਿਗੁਰੂ ਨੇ ਅੰਦਰ ਬਾਣੀ ਅੰਦਰ ਬਚਨ ਕੀਤਾ, ਕਹਿੰਦੇ ਸੀਸ ਨਵਾਇਆ ਕਿਆ ਸੀ ਹੈ, ਕਹਿੰਦੇ ਤੁਸੀਂ ਮੱਥਾ ਟੇਕਿਆ ਤੁਹਾਨੂੰ ਲਾਭ ਕੋਈ ਹੋਇਆ? ਕੋਈ ਲਾਭ ਨਹੀਂ ਹੋਇਆ। ਹੁਣ ਅਸੀਂ ਪੁੱਛੀਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਆਪ ਜੀ ਕਿਰਪਾ ਕਰਕੇ ਸਾਡੀ ਅਗਵਾਈ ਕਰੋ ਤੇ ਸਾਨੂੰ ਦੱਸੋ ਵੀ ਮੱਥਾ ਟੇਕਣ ਦਾ ਕੀ ਭਾਵ ਅਰਥ ਹੈ, ਕੀ ਮਤਲਬ ਹੈ। ਫਿਰ ਸਤਿਗੁਰੂ ਜੀ ਨੇ ਬਚਨ ਕੀਤਾ ਤੁਧ ਨੂੰ ਨਿਵਣ, ਮਾਲਕ ਜੀ ਤੈਨੂੰ ਨਿਵਣਾ, ਤੈਨੂੰ ਮੱਥਾ ਟੇਕਣਾ, ਇਹਦਾ ਭਾਵ ਕੀ ਹੈ? ਮੰਨਣ ਤੇਰਾ ਮਾਲ, ਮੈਂ ਤੁਹਾਨੂੰ ਮੱਥਾ ਟੇਕਦਾ ਹਾਂ, ਮੈਂ ਤੁਹਾਡਾ ਹੁਕਮ ਮੰਨਦਾ ਹਾਂ, ਪਰ ਮੈਂ ਮੰਨਦਾ ਨਹੀਂ ਹਾਂ। ਖਿਆਲ ਰੱਖੋ ਮੈਂ ਮੰਨਦਾ ਨਹੀਂ ਹਾਂ। ਜਿੱਦਣ ਮੈਂ ਹੁਕਮ ਮੰਨਣ ਲੱਗ ਪਿਆ ਉੱਧਰ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ, ਕਿਤੇ ਵੀ ਜਾਣ ਦੀ ਲੋੜ ਨਹੀਂ ਪੈਣੀ। ਕਿਉਂ ਨਹੀਂ ਪੈਣੀ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਸਾਨੂੰ ਗੱਲ ਸਮਝਾਈ, ਧਰਤਾ ਤੇਰਾ ਸਭ ਕੁਛ ਹੈ, ਜਦੋਂ ਸਾਨੂੰ ਇੱਕੋ ਹੀ ਥਾਂ ਤੋਂ ਸਭ ਕੁਝ ਮਿਲ ਜਾਏ ਤੇ ਫਿਰ ਸਾਨੂੰ ਹੋਰ ਕਿਤੇ ਭਟਕਣ ਦੀ ਲੋੜ ਹੈ? ਪਰ ਜੇ ਅਸੀਂ ਭਟਕ ਰਹੇ ਹਾਂ ਤੇ ਉਹਦਾ ਕਾਰਨ ਕੀ ਹੈ? ਸਾਨੂੰ ਇਹ ਗੱਲ ਸਮਝ ਨਹੀਂ ਆਈ। ਜੇ ਸਮਝ ਆ ਗਈ ਤਾਂ ਅਸੀਂ ਮੰਨੀ ਕੋਈ, ਜੇ ਸਮਝ ਆ ਗਈ ਤਾਂ ਅਸੀਂ ਉਸ ਗੱਲ ਨੂੰ ਮੰਨਿਆ। ਹੁਣ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਸ਼ਬਦ ਜਿਹੜਾ ਹੈ ਨਾ, ਸ਼ਬਦ ਬਹੁਤ ਅਰਥ ਰੱਖਦਾ ਹੈ।